No. ਏ ਟੂ ਜ਼ੈਡ ਹਰਿਆਣਾ ਦੇਖਣ ਵਾਲੇ ਸਾਰੇ ਦਰਸ਼ਕਾਂ ਨੇ ਸੋਨੂੰ ਦਲਾਲ ਗੀ ਰਾਮ ਰਾਮ ਆਪਣਾ ਬਤਾ ਭਾਈ ਆਪਣੀ ਹਰਿਆਣਵੀ ਸੰਸਕ੍ਰਿਤੀ ਕੀ ਜਿਹੜਾ ਬਾਤ ਆਵਾ ਹੈ ਤੋ ਆਪਾਂ ਕੋਸ਼ਿਸ਼ ਕਰਾਂ ਹਾਂ ਹੁਣ ਪੁਰਾਣੀ ਚੀਜ਼ਾਂ ਤਾਂ ਰੂਬਰੂ ਕਰਵਾਉਣ ਕੀ ਲੇਕਿਨ ਆਜ ਪਹੁੰਚਿਆ ਗਾਓਂ ਕਰਸਿੰਦੂ ਮੈਂ ਆਪਣਾ ਬਤਾ ਕਰਸਿੰਦੂ ਗਾਮ ਕਿਸੇ ਵੀ ਚੀਜ਼ ਮੈਂ ਲਗਾ ਲਓ ਬੜਾ ਚਰਚਿਤ ਔਰ ਬੜਾ ਮਸ਼ਹੂਰ ਰਿਹਾ ਹੈ ਚਾਹੇ ਇਲੈਕਸ਼ਨ ਕੀ ਵੀ ਬਾਤ ਕਰਾਂ ਦੋ ਸਵਾ ਦੋ ਸਾਲ ਪਹਿਲਾਂ ਉਸਮੇਂ ਵੀ ਬੜਾ ਚਰਚਿਤ ਗਾਮ ਥਾ ਔਰ ਇਹ ਪਤਾ ਲੱਗ ਗਿਆ ਆਪਾਂ ਨੇ ਕਿ ਜੋ ਆਪਣੀ ਪੁਰਾਣੀ ਚੀਜ਼ ਹੋਇਆ ਕਰਦੀ ਪੁਰਾਣੀ ਸੰਸਕ੍ਰਿਤੀ ਹੋਇਆ ਕਰਦੀ ਜਿਸ ਤਰੀਕੇ ਦਾ ਆਪ ਠੀਕ ਮੇਰੇ ਪਾਸੇ ਦੇਖਣ ਲੱਗ ਰਹੇ ਹੋ ਕੁਆ ਪਤਾ ਪਾਣੀ ਭਰਨ ਲੱਗ ਰਹੇ ਯਾਨੀ ਬਹੁਤ ਕਮ ਗਾਮ ਆਪਣੇ ਇਸੇ ਮਿਲਣਗੇ ਜਿਹੜਾ ਅੱਜ ਕੱਲ੍ਹ ਯੂ ਕੂਵਿਆਂ ਦਾ ਚਾਲ ਚੱਲਣ ਹੈ ਕਿਉਂਕਿ ਕੂਏ ਸਾਰੇ ਫਲੋਪ ਹੋ ਗਏ ਔਰ ਸੁਵਿਧਾ ਜ਼ਿਆਦਾ ਹੈਗੀ ਘਰਾਂ ਮੈਂ ਸਮਰਸੀ ਲੱਗ ਗਏ ਖੇਤਾਂ ਮੈਂ ਤਲੀ ਆਵਾਂ ਹੈ ਡੱਗੀ ਮੈਂ ਨਲਕੇ ਲੱਗ ਗਏ ਇਸ ਤਰੀਕੇ ਦੀ ਸੁਵਿਧਾ ਹੈਗੀ ਪੁਰਾਣੀ ਚੀਜ਼ ਖਤਮ ਹੋ ਗਈ ਔਰ ਜੋ ਪਹਿਲਾਂ ਮਤਲਬ ਗਾਰ ਬਈ ਤਾਕਤ ਰਿਹਾ ਕਰਦੀ ਔਰ ਮਤਲਬ ਲੰਬੇ ਇਹ ਚੀਜ਼ ਵੀ ਬਹੁਤ ਮਾਇਨੇ ਰੱਖਿਆ ਕਰਦੀ ਕਿਉਂਕਿ ਜ਼ੋਰ ਪੜਿਆ ਹੈ ਕੂਆ ਮੈਂ ਤਾਂ ਯੂ ਖਿੱਚਣਾ ਵੀ ਕੋਈ ਹਾਸੀ ਖੇਲ ਨਹੀਂ ਹੋ ਔਰ ਅਗਰ ਇਸਕੀ ਨੇਜੂ ਕੀ ਬਾਤ ਕਰਾਂ ਦੋ ਚੀਜ਼ ਇਸਮੋ ਨੇਜੂ ਔਰ ਡੋਲ ਡੋਲ ਉਸਨੇ ਬੋਲਣਾ ਹੈ ਚਾਹੇ ਬਾਲਟੀ ਹੋ ਔਰ ਨਹੀਂ ਤਾਂ ਬਾਈ ਜਬ ਛੋਟੇ ਛੋਟੇ ਦੇ ਜਬ ਦੇਖਿਆ ਕਰਦੇ ਪੀਪਾ ਹੋਇਆ ਕਰਦਾ ਉਸਨੇ ਆਪਾਂ ਡੋਲ ਬੋਲਿਆ ਕਰਦੇ ਉੱਪਰ ਲੱਕੜੀ ਕੇ ਦੋ ਕੁਟਕੇ ਲੈ ਕੇ ਔਰ ਯੂ ਨੇਜੂ ਜੋ ਇਸਕੋ ਉੱਪਰ ਕੋਈ ਜੋੜੀ ਆਪਣੇ ਦਿਖਣ ਲੱਗ ਰਹੀ ਹੈ ਔਰ ਕੂਏ ਬੜੇ ਡੂੰਘੇ ਵੀ ਹੈ ਔਰ ਬੜੇ ਆਪਣੇ ਜੋ ਦਿਖਣ ਲੱਗ ਰਹੇ ਨੇ ਇੱਕ ਵਾਰ ਚੁਕਰਦੇ ਰਾਜਾ ਅਮਿਤ ਆਪਣੇ ਦਿਖਾਵਾ ਮਤਲਬ ਕਿਸ ਤਰੀਕੇ ਤੇ ਇਨਕੀ ਸਜਾਵਟ ਕਰਕੀ ਹੈ ਪੂਰਾ ਮਤਲਬ ਕਿ ਅਗਰ ਆਦਮੀ ਦੋ ਘੜੀ ਦੇਖੇ ਅੱਜ ਉਰਾਨ ਹੈ ਜੇ ਕੋਏ ਮੈਂ ਦਿਖਾ ਦੀਏ ਬਹੁਤ ਡੂੰਘਾ ਤਾਂ ਪਾਣੀ ਹੈ ਬਿਲਕੁਲ ਡੋਲੇ ਹੈ ਬਾਲਟੀ ਆਪਾਂ ਬਾਤ ਕਰ ਰਹੇ ਥੇ ਇੱਕ ਮਿੰਟ ਥੋੜ੍ਹਾ ਹੋਰ ਉਰਾਨ ਕਰੇ ਪਰ ਇਹ ਦੇਖੋ ਇਹ ਦੇਖੋ ਬਈ ਯੂ ਨੇਜੂ ਹੈ ਔਰ ਖਿੱਚ ਲਿਆ ਔਰ ਪਾਣੀ ਭਰ ਲਿਆ ਇਸ ਤਰੀਕੇ ਤੇ ਇਹ ਦੇਖੋ ਇਸ ਤਰੀਕੇ ਦਾ ਪਾਣੀ ਔਰ ਨੂੰ ਹੋਰ ਦਿਖਾ ਦੇਖ ਬਾਰ ਕਿਤਨੀ ਦੂਰ ਤੱਕ ਮਤਲਬ ਯਾਰ ਰੱਸੀ ਜਾਣ ਲੱਗ ਰਹੀ ਜਿਸ ਨਾਲ ਆਪਾਂ ਨੇਜੂ ਬੋਲਣ ਲੱਗ ਰਹੇ ਹਾਂ ਔਰ ਇਸ ਗਾਮ ਮੈਂ ਪਿੱਛੇ ਅਗਰ ਘਾਟ ਵੀ ਦੇਖੋਗੇ ਪਰ ਪੂਰਾ ਹੈਗਾ ਦਿਖਾ ਮੈਂ ਪੂਰਾ ਹੈਗਾ ਇਹ ਹੋਰ ਦਿਖਾ ਪਿੱਛੇ ਯਾਨੀ ਜੋ ਸਜਾ ਉਹਨੂੰ ਕੇ ਦਿਖਾਈਏ ਉਹ ਮੇਰੀ ਉੱਪਰਲੀ ਸਾਈਡ ਮੇਰੇ ਜੋ ਸਜਾਵਟ ਕਰ ਰੱਖੀ ਹੈ ਉਹ ਖੁਦ ਨੂੰ ਕਹਾ ਕਰ ਬਾਈ ਆਪਣਾ ਮੂੰਹ ਤੋਂ ਬੋਲਣ ਲੱਗ ਰਹੀ ਕਿਤਨੀ ਵਧੀਆ ਤਰੀਕਾ ਤੇ ਇਨਕੀ ਸਜਾਵਟ ਕਰਕੀ ਹੈ ਕਿਤਨਾ ਵਧੀਆ ਤਰੀਕਾ ਦਾ ਕੰਮ ਕਰ ਰੱਖਿਆ ਹੈ ਔਰ ਬਾਕੀ ਜੋ ਹਮਾਰੇ ਕੁਛ ਚਾਚੀ ਤਾਈ ਹੈ ਕਹਿ ਲਓ ਬਾਈ ਇਨ ਤਾਂ ਆਪਾਂ ਬਾਤ ਕਰਾਂਗੇ ਇਤਨਾ ਅਗਲਾ ਵੋ ਰਾਮ ਰਾਮ ਜੀ ਕੀ ਨਾਮ ਆਪਕਾ ਰਵੀਤਾ ਅੱਛਾ ਕੈ ਸਾਲ ਤੋਂ ਮਤਲਬ ਕੂਆ ਪਾਣੀ ਭਰੋ ਹੋਗੇ 20 ਸਾਲ ਤੋਂ ਮੰਨੇ ਹੋਗੇ ਅੱਛਾ ਮਤਲਬ ਆਈ ਨੋ ਗਏ ਅੰਦੇ ਭਰਨ ਲੱਗ ਗਏ ਪਾਣੀ ਅੰਦੇ ਲੱਗ ਗਏ ਆਪਨੇ ਸੋਚਿਆ ਵੀ ਦਾ ਕਿਉਂਕਿ ਅਗਰ ਆਪਾਂ ਬਾਤ ਕਰਾਂ ਬਈ ਪਹਿਲਾਂ ਕੂਆਂ ਪਾ ਪਾਣੀ ਭਰਦੇ ਮਾਰੇ ਦਾਦੀ ਹੋਰ ਗਏ ਯਾਨੀ ਆਪਕੀ ਜੋ ਸਾਸੂ ਹੈ ਉਨਕੇ ਟਾਈਮ ਤੇ ਕੋਈ ਵੀ ਇਹ ਚੀਜ਼ ਮਤਲਬ ਰੱਦ ਹੋ ਗਈ ਥੀ ਤੋ ਲੇਕਿਨ ਬਹੁਤ ਕਮ ਗਾਮਾ ਮੇ ਇਹ ਚੀਜ਼ ਮਿਲਾ ਹਮਨੇ ਤਾਂ ਕਰਸ਼ਿੰਦੂ ਨੂੰ ਪਤਾ ਲੱਗ ਗਿਆ ਬਈ ਇਤਨੇ ਕੂਏ ਚੱਲਾਂ ਪਾਣੀ ਭਰੇ ਇਹ ਵੀ ਚਾਲੂ ਕਰਦੀ ਹੈ ਜਮਾ ਬੰਦ ਥੇ ਅੱਛਾ ਅੱਛਾ ਇਹ ਦੋ ਕੂਏ ਹੀ ਚਾਲੂ ਕਰੇ ਹੈ ਇਹ ਜੇ ਆਪਾਂ ਸੁਵਿਧਾ ਦੇਖਾਂ ਨਲਕੇ ਸਮਰਸੀ ਸਾਰੇ ਲੱਗੇ ਫਿਰ ਵੀ ਮਤਲਬ ਕੂਆ ਪਾਣੀ ਕਿਤਨਾ ਜ਼ੋਰ ਪੜੇਗਾ ਮੈਨੂੰ ਬਤਾਓ ਪੂਰਾ ਜ਼ੋਰ ਪੜਾ ਮਾਰਾ ਤਾਂ ਨਲੇ ਹੋਗੇ ਪਾਣੀ ਸਾਇ ਕੋ ਨਹੀਂ ਪੀਣ ਦਾ ਨਲ ਕਹਾਂਗੇ ਚਰਚ ਰਹੇ ਹੈ ਅੱਛਾ ਅੱਛਾ ਸਾਇਪਨ ਲੈ ਲਿਆ ਤਾਂ ਗਾਤ ਕੇ ਚੱਪਲੇ ਹੈ ਜ਼ੋਰ ਪੜੇਗਾ ਮੈਨੂੰ ਬਤਾਓ ਪੂਰਾ ਜ਼ੋਰ ਪੜਾ ਮਾਰਾ ਤਾਂ ਨਲੇ ਹੋਗੇ ਪਾਣੀ ਸਾਇ ਕੋ ਨਹੀਂ ਪੀਣ ਦਾ ਨਲ ਕਹਾਂਗੇ ਚਰਚ ਰਹੇ ਹੈ ਅੱਛਾ ਅੱਛਾ ਸਾਇਪਨ ਲੈ ਲਿਆ ਤਾਂ ਗਾਤ ਕੇ ਚੱਪਲੇ ਹੈ ਅੱਛਾ ਅੱਛਾ ਹੋਰ ਕੀ ਕਰਾਂ ਓੜਾ ਤੱਕ ਦੇਖੀ ਆਪਣਾ ਰੱਸੀ ਜਾਵਾ ਬਹੁਤ ਦੂਰ ਤੱਕ ਰੱਸੀ ਜਾਵਾ ਹੋਰ ਤਿੰਨ ਚਾਰ ਲੁਗਾਈ ਮਤਲਬ ਲੈ ਕੇ ਸਾਂਸ ਤੋਂ ਚੜ ਗਏ ਇੱਕ ਬਾਤ ਦੇਖ ਲਿਆ ਸਾਂਸ ਤੋਂ ਚੜਾਂਗੇ ਜ਼ੋਰ ਨਹੀਂ ਲੱਗਾ ਮਾਰਾ ਅੱਛਾ ਅੱਛਾ ਪਾਣੀ ਕੀ ਸਾਇਸ ਕੋ ਆਦੀ ਸਵੈਦ ਜਮਾ ਪੀਣ ਨਾ ਤੋ ਹਾਂ ਕੀ ਨਾਮ ਬੇਬੇ ਆਪਣਾ ਕਾਜਲ ਬਾਈ ਕਾਜਲ ਕੈ ਸਾਲ ਕੀ ਗੁੜੀਆ ਮੈਂ 14 ਸਾਲ ਕੀ ਹੂੰ 14 ਸਾਲ ਕੀ ਕੋ ਪਾਣੀ ਭਰੇ ਬੇਬੇ ਮਤਲਬ ਕਦੇ ਕੈਕ ਸਾਲ ਹੋ ਗਏ ਪਾਣੀ ਲੈਂਦੀ ਨੇ ਹੋ ਗਏ ਹੋਗੇ 13 ਸਾਲ ਤੋਂ ਹੋ ਗਏ ਹੋਗੇ ਆਰਾਮ ਸੇ 2 ਸਾਲ ਕੀ ਪਾਣੀ ਲੈਂਦੀ ਨੇ ਨਾ ਬਾਈ ਅੱਛਾ 10 ਇੱਕ ਸਾਲ ਕੀ ਲੈ ਕੇ ਹੂੰ ਅੱਛਾ ਕਿਤਨਾ ਜ਼ੋਰ ਪੜਿਆ ਜੇ ਗੁਰ ਪਾਣੀ ਭਰੋ ਹੋ ਨਿਓ ਮਤਲਬ ਕਿਸੇ ਕੇ ਲੱਗ ਹੈ ਬਹੁਤ ਹੀ ਜ਼ੋਰ ਪੜਿਆ ਹੈ ਇੱਕ ਦੋ ਲੁਗਾਈਆਂ ਪੇ ਤੋਂ ਡੋਲ ਵੀ ਨਹੀਂ ਖਿੱਚਦਾ ਤਿੰਨ ਚਾਰਾਂ ਨਾਲ ਲੈ ਕੇ ਮਤਲਬ ਖਿੱਚਾਈ ਹੈ ਇਤਨਾ ਫਰੀ ਮੈਂ ਪਾਣੀ ਪੈ ਜਾਏਗਾ ਮੰਨੇ ਕੀ ਪਾਊਗਾ ਮੈਨੂੰ ਡੋਲ ਨਹੀਂ ਗਾਲਣੇ ਅੱਛਾ ਤਨ ਡੋਲੀ ਗਾਲਣੇ ਇੱਕ ਇੱਕ ਡਿਊਟੀ ਹੋ ਰਿਹਾ ਬਿਲਕੁਲ ਆਪ ਦੇਖੋਗੇ ਇੱਕ ਵਾਰ ਉਸ ਸਾਈਡ ਦੇਖ ਦੇ ਖੜਨੇ ਤੋਂ ਜਾਲੀ ਯਾਰ ਓੜਾ ਡੋਲ ਆ ਗਿਆ ਯਾਨੀ ਤਾਂ ਉਰੇ ਦੇਖੋ ਕਿਸ ਤਰੀਕੇ ਦਾ ਬਏ ਮਤਲਬ ਇਸ ਨਾ ਡੋਲ ਅਰ ਨੇਜੂ ਗਾਣਿਆਂ ਮੈਂ ਤਾਂ ਸੁਣਿਆ ਹੋਇਆ ਲੇਕਿਨ ਅੱਜ ਆਪਣੇ ਅਸਲੀ ਦਿਖਾਉਣ ਲੱਗ ਰਿਹਾ ਅਮਕਰ ਸਿੰਧੂ ਮੈਂ ਔਰ ਵੀ ਮਾਰੇ ਕੁਛ ਚਾਚੇ ਤਾਊ ਹੈ ਭਾਈ ਹੈ ਰਾਮਨਿਵਾਸ ਔਰ ਹੈ ਇਨ ਤੇ ਵੀ ਆਪਾਂ ਬਾਤ ਕਰਾਂਗੇ ਯਾਨੀ ਜੋ ਰੁਖਾਲ ਔਰ ਜੋ ਸੰਭਾਲ ਕਰਸਿੰਧੂ ਗਾਮਨਾ ਕਰਕੇ ਹੈ ਰੰਗ ਰੋਗਨ ਕਰਕੇ ਨਾ ਮਤਲਬ ਇੱਕ ਨੁਕਾਰ ਹੈ ਭਾਈ ਇੱਕ ਜ਼ਬਰਦਸਤੀ ਜੋ ਆਪਣਾ ਮੂੰਹ ਤੋਂ ਬੋਲਣ ਲੱਗ ਰਹੀ ਹੈ ਉਹਨ ਤਾਂ ਆਪਾਂ ਨਾਲ ਬਾਤ ਕਰਵਾਵਾਂ ਬਸ 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 ਤਾਊ ਜੀ ਰਾਮ 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 ਜੀ ਕੀ ਨਾਮ ਆਪਣਾ ਰਾਮਚੰਦਰ ਨੰਬਰਦਾਰ ਹੈ ਇਹ ਵੀ ਨੰਬਰਦਾਰ ਹੋ ਪੁਰਾਣੇ ਨੰਬਰਦਾਰ ਹੋ ਮੈਂ ਵੀ ਹੂੰ ਪੁਰਾਣਾ ਵੀ ਹੂੰ ਅੱਛਾ ਉਮਰ ਕਿਤਨੀ ਹੋ ਗਈ ਉਮਰ ਤਾਂ ਹੋ ਗਈ ਹੋਗੀ 65 ਸਾਲ ਦੀ
ਠੱਡ ਪੂਰੀ ਲੈ ਰਹੇ ਹੋ ਅਕੜ ਸਿੰਘ ਮੁੱਲਾਪੁਰੀ ਮਰੋੜ ਪਰ 75 ਤਾਂ ਇਹਨੂੰ ਕੱਢਣੀ ਹੈ ਕੀ ਬਾਤ ਹੈ ਅੱਛਾ ਤਾਂ ਉਹਦੇ ਜੁਗਰਾਮ ਨੇ ਦੇਖਿਆ ਦੇਖੋ ਮਤਲਬ ਬਹੁਤ ਸਾਰੇ ਗਾਮਾਂ ਮੈਂ ਇਸੇ ਹਾਂ ਕੂਏ ਰੱਦ ਹੋ ਗਏ ਲੋਕਾਂ ਨੂੰ ਸੰਭਾਲ ਨਹੀਂ ਕਰੇ ਲੇਕਿਨ ਹਮ ਤਾਂ ਆਪਕਾ ਧੰਨਵਾਦ ਵੀ ਕਰਾਂ ਔਰ ਬੜਾ ਮਜ਼ਾ ਆਇਆ ਦੇਖਣ ਜਿਸ ਤਰੀਕੇ ਦਾ ਆਪਣਾ ਮਤਲਬ ਇੱਕ ਨਿਊ ਮਤਲਬ ਰੰਗ ਰੋਗਨ ਕਰਕੇ ਇਤਨੀ ਅੱਛੀ ਚੀਜ਼ ਬਣਾ ਰੱਖੀ ਕਿਉਂਕਿ ਪਾਣੀ ਵੀ ਭਰਨ ਲੱਗ ਰਹੇ ਹੈ ਤਾਂ ਕੀ ਕੁਛ ਕਹਿਣਾ ਚਾਹੋਗੇ ਯਾਨੀ ਪੁਰਾਣੀ ਵਿਰਾਸਤ ਆਪਣੀ ਆ ਪਾਣੀ ਤੋਂ ਇਹਨ ਕੂਆਂ ਗਾਈਆਂ ਤੋਂ ਉਸੇ ਚੱਲ ਰਹੇ ਨਹੀਂ ਇਤਨਾ ਤੋਂ ਵੱਡੀਆਂ ਗੰਗਾ ਦਾ ਵੀ ਕੋਈ ਬਹੁਤ ਅੰਮ੍ਰਿਤ ਹੈ ਇਸ਼ਕ ਬਗੈਰ ਤੋਂ ਹਮੇ ਸਮਝਾਣਾ ਵੀ ਨਹੀਂ ਰਹਿੰਦਾ ਇਸ ਪਾਣੀ ਬਿਨਾਂ ਤੋਂ ਹਾਂ ਇਤਨਾ ਵੱਡੀਆ ਗੱਲ ਲੇਗਾ ਦੋਗੇ ਬੋਤਲਾਂ ਮੈਂ ਬਹੁਤ ਵੱਡੀਆ ਪਾਣੀ ਹੈ ਬਾਕੀ ਉਹ ਚੱਲ ਰਹੀ ਇਤਨਾ ਵੱਡੀਆ ਚੱਲ ਰਹੀ ਹੈ ਬਿਲਕੁਲ ਸੰਭਾਲ ਵੀ ਪੂਰੀ ਕਰਕੇ ਤਾਂ ਸੰਭਾਲ ਤੋਂ ਪੂਰੀ ਉਰੇ ਜੋ ਠੀਕ ਸੇਲੇ ਸੰਭਾਲ ਤੋਂ ਸਵੇਗਾ ਸੀਰ ਕੇ ਜਾਂ ਆਪਸ ਮੇ ਕੁਣ ਬੇਵਾਜ ਬਣੇ ਵੱਡੀਆ ਕੰਮ ਹੈ ਬਿਲਕੁਲ ਫਿਰ ਵੀ ਕੰਮ ਤੋਂ ਚੱਲ ਰਿਹਾ ਹਰ ਗਾਮ ਦਾ ਨਾਮ ਵੀ ਜਾਵ ਹੈ ਬਾਕੀ ਇੱਕ ਬਾਤ ਸਹੂਰ ਹੈ ਪਹਿਲੇ ਪਾਣੀ ਨਲਕਿਆਂਗੇ ਉਰੇ ਈਸ਼ੇਰ ਈਸ ਬਗੜ ਮੇ ਵੱਡੀਆ ਆ ਗਏ ਬਰੂਰੇ ਟਿਊਲ ਟਾਵਲ ਰਹਿ ਗਏ ਉਹ ਟੂਟ ਟੈਟ ਗਏ ਇਨਕਾ ਕੋ ਨਹੀਂ ਵਿਗੜਦਾ ਇਨਕਾ ਕੋ ਨਹੀਂ ਬਦਲਦਾ ਵੱਡੀਆ ਪਾਣੀ ਇਕਦਮ ਸੇ ਫਸਟ ਕਲਾਸ ਬਿਲਕੁਲ ਤੋ ਕੁਛ ਇੱਕ ਦੋ ਮਾਰੇ ਤਾਊ ਜੀ ਹੋਰ ਹੈ ਇਨ ਤੇ ਵੀ ਆਪਾਂ ਬਾਤ ਕਰਾਂਗੇ ਔਰ ਕੁਛ ਭਾਈ ਹੋਰ ਹਿੰਦ ਤੇ ਬਾਤ ਕਰਾ ਤਾਊ ਜੀ ਰਾਮ 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 ਭਾਈ ਤੇਰਾ ਚੰਨ ਨੇ ਵੀ ਰਾਮ ਰਾਮ ਠੀਕ ਠੀਕ ਨਾਮ ਬਤਾ ਦਿਓ ਆਪਣਾ ਨਾਮ ਮੇਰਾ ਵੀਰਾ ਨਾਮ ਭਾਈ ਵੀਰਾ ਤੋ ਕੀ ਕੁਛ ਕਹਿਣਾ ਚਾਹੋਗੇ ਦੇਖੋ ਚੁਗਰਦਾ ਦੇਖਣ ਲੱਗ ਰਿਹਾ ਨੁਗਾਰ ਹੈ ਨੀ ਦੋ ਘੜੀ ਮਨਸ ਲਖਾਏ ਜਾ ਮਤਲਬ ਜੀ ਨਹੀਂ ਉਤਰਦਾ ਇਤਨੇ ਬੜਿਆ ਰੰਗ ਰੋਗਨ ਸਾਫ ਸਫਾਈ ਔਰ ਉੱਪਰ ਜੁਗਰੀਆਂ ਲਗਾਏ ਰੱਖੇ ਸਾਰੀ ਚੀਜ਼ ਤੋ ਕਿਸਾ ਕੀ ਕੁਛ ਕਹਿਣਾ ਚਾਹੋਗੇ ਇਹ ਤੋ ਕਹਿਣ ਦੀ ਜਗ੍ਹਾ ਕੋ ਨਹੀਂ ਪਈ ਉਹ ਤੋ ਬੁੱਢੇ ਕਰਕੇ ਬੁੱਢਿਆਂ ਦੀ ਪਰੰਪਰਾ ਮੈਂ ਪੁਗਾਰੇ ਹਾਂ ਪੁਗਾਣਾ ਵੀ ਤਾਂ ਸਭ ਕੋ ਉਸਕੀ ਬਾਤ ਕੋ ਨਹੀਂ ਪੜਦਾ ਦੇਲਾ ਕਰਕੇ 200 ਸਾਲ ਕਾ ਕੂਆ ਹੈ ਉਹ ਉਸਕੀ ਵੀ ਇਤਨੀ ਇੱਜ਼ਤ ਹੈ ਇਹ 41 ਸਾਲ ਕਾ ਕੂਆ ਹੈ ਇਸਕੀ ਵੀ ਇਤਨੀ ਇੱਜ਼ਤ ਹੈ ਹਾਂ ਮੈਂ ਤਾਂ ਜੋ ਬੁੱਢੇ ਕਰਕੇ ਨੂੰ ਉਨਕੀ ਇੱਜ਼ਤ ਪੁਗਾਰੇ ਹਰ ਮਾਰੀ ਪਰੰਪਰਾ ਪੁਗਾਰੇ ਹਾਂ ਵੈ ਜਿਹਨੂੰ ਹਰ ਪਾਣੀ ਵਧੀਆ ਮਿਲ ਜਾਏ ਪੀਣੇ ਕਾ ਬਹੁਤ ਮਿਹਨਤ ਕਰਕੇ ਲੈ ਜੇ ਹੈ ਦੂਸਰੇ ਅਮੀਰ ਆਦਮੀਓ ਕੈਂਫਰ ਕੁੰਫਰ ਮੰਗਾ ਲੈ ਹੈ ਖਾਟਾ ਮਿੱਠਾ ਹੀ ਪੀ ਲਿਆ ਹੋ ਤੁਹਾਰਾ ਵੀ ਤਾਂ ਕੋਈ ਪੀਆ ਜਾਂਦਾ ਖਾਟਾ ਸਹੀ ਬਾਤ ਹੈ ਓਨਕਾਰ ਜੁੜ ਰਹੇ ਹਾਂ ਹਾਂ ਜੁੜ ਰਹੇ ਹਾਂ ਹਮ ਤਾਂ ਸਾਰੇ ਹਾਂਜਾ ਮਲਾ ਰੋਗਾ ਪਾਣੀ ਬਹੁਤ ਕਮ ਯੂਜ਼ ਹੋਇਆ ਸਹੀ ਨਹੀਂ ਅੱਛਾ ਲੈਂਦੇ ਨਹੀਂ ਬਸ ਕੋਈ ਸਿੱਧਾ ਆਦਮੀ ਧਰਾਓ ਕੈਂਫਰ ਨੇ ਹਮ ਖੁਦ ਇਸ ਕਾ ਲੈ ਵਾਂ ਹਮ ਚਰਸੇ ਸੇ ਉੱਪਰ ਮਿਲੇਗਾ ਆਪਨੇ ਇਸ ਕਾ ਟੀਡੀਆ ਸਭ ਸੇ ਬੜੀਆ ਕਿਸੇ ਕਾ ਆਪ ਕੱਢ ਕੇ ਦੇਖ ਲਿਓ ਬਿਲਕੁਲ ਬਿਲਕੁਲ ਸਹੀ ਬਾਤ ਪਾਣੀ ਵੱਡੀਆ ਇਸ ਲਈ ਚੱਲ ਰਹੇ ਹੈ ਪਾਣੀ ਅਸਲੀ ਨਹੀਂ ਹੁੰਦਾ ਫਿਰ ਕੋਈ ਦੇਖ ਲਿਆ ਅਜਾ ਉਹ ਜੁਗਰੀਆਂ ਰੰਗ ਰੋਗਨ ਕਰਵਾ ਮਤਲਬ ਕੁੱਕਰ ਕੇ ਸੰਭਾਲ ਰੱਖੋ ਇਹਨਾਂ ਕੇ ਮਾਰੇ ਪਰਿਵਾਰ ਸੇ ਵੀ ਸਾਰੇ ਕੁਣ ਬੇਵਾਜ ਹੈ ਆਪਣੇ ਆਪਣੇ ਕੁਆ ਨੇ ਸਾਰੇ ਸ਼ਾਮਾ ਹਮ ਹੈ ਕੋਈ ਵੀ ਕੰਮ ਹੋ ਜੁਗਰ ਭਗਤ ਸਿੰਘ ਚਾਹੂੰਗਾ ਹੀ ਤੋ ਦੇਸ਼ ਕਾ ਸੀਰ ਕਾ ਹਮ ਉਸਕੋ ਵੀ ਨਿਊ ਸਮਝਤੇ ਹਨ ਨਿਊ ਮਾਰੇ ਕੁਆ ਸਮਝਤੇ ਹਮ ਜੋ ਬੁੱਢੇ ਕਰਕੇ ਨਹੀਂ ਉਹ ਚੀਜ਼ਾਂ ਨਾ ਹਮ ਪਰੰਪਰਾ ਰੱਖੇ ਜਾਵਾਂਗੇ ਅੱਗੇ ਵੀ ਮਾਰੇ ਬਲਕਾਂ ਸੋਚੀ ਹੈ ਬੇਨਤੀ ਨਿਊ ਕਿਨੂੰ ਰੱਖਾਂਗੇ ਹਮ ਬਾਕੀ ਹਮ ਨੇ ਇਸ ਮੈਂ ਔਰ ਕੁਛ ਕਰਨ ਦੀ ਜ਼ਰੂਰਤ ਕੋ ਨਹੀਂ ਜੀ ਮਰ ਰੱਖਾ ਹਾਂ ਹਾਂ ਜੀ ਮਰ ਰੱਸੀ ਰੱਖਾ ਹੋਰ ਡੋਲ ਰੱਖਾ ਪੈਟੈਂਟ ਰੱਖਾ ਉਸ ਨਾਲ ਆਪਣਾ ਦਾਣਾ ਫਾਕਾ ਛੱਟਾ ਵੀ ਨਾ ਦੇ ਜਾਂ ਇਸਕੀ ਸੰਭਾਲ ਰਹੇ ਸੇ ਬਿਲਕੁਲ ਪਹਿਲਾਂ ਹੋਇਆ ਕਰਦੇ ਭਾਈ ਦੇਖੋ ਥੋੜ੍ਹੀ ਥੋੜ੍ਹੀ ਧਿਆਨ ਮੈਂ ਜਦੋਂ ਛੋਟੇ ਛੋਟੇ ਦੇ ਮਤਲਬ 20 ਸਾਲ ਪਹਿਲਾਂ ਵੀ ਅਗਰ ਪੱਛ ਜਾਵਾਂ 20 ਸਾਲ ਪੱਛ ਜਾਵਾਂ ਤਾਂ ਦੇਖੇ ਮਤਲਬ ਜਿਮਰ ਬੈਠਿਆ ਕਰਦਾ ਔਰ ਉਸ ਨਾਲ ਮਤਲਬ ਭਾਈ ਚਣੇ ਚਣੇ ਵੀ ਦੇ ਦਿਆ ਕਰਦੇ ਸ਼ਾਇਦ ਚਣੇ ਦੇ ਦਿਆ ਕਰਦੇ ਅਨਾਜ ਦਿਆ ਕਰਦੇ ਹਾਂ ਲੈ ਪਾਣੀ ਬਿਲਕੁਲ ਬਿਲਕੁਲ ਮੇਰਾ ਪਟਣਾ ਜੇ ਤੋਂ ਖੁਦ ਫਰੀਜ਼ ਦਾ ਪਾਣੀ ਨਹੀਂ ਹੁੰਦਾ ਪਾਣੀ ਵਧੀਆ ਭਾਈ ਕੋਈ ਸ਼ੱਕ ਨਹੀਂ ਅਨੁਗਾਰ ਨਹੀਂ ਅਸਲ ਮੈਂ ਧਰਤੀ ਤੋਂ ਦੋ ਚੀਜ਼ ਲਗੜੀ ਗਈ ਨਹੀਂ ਧਰਤੀ ਮਾਤਾ ਦੀ ਦੇਣ ਆਇਆ ਤਾਂ ਵਧੀਆ ਹੀ ਪਾਓਗੀ ਵਧੀਆ ਪਾਣੀ ਹੈ ਔਰ ਦੂਸਰੀ ਚੀਜ਼ ਜੋ ਕਰਮ ਬਤਾ ਰਿਹਾ ਭਾਈ ਜੀ ਮਰ ਬੈਠਿਆ ਕਰਦੇ ਔਰ ਹੁਣ ਤਾਂ ਮਤਲਬ ਦੇਖੇ ਹੈ ਜਿਤਨਾ ਯਾਦ ਚਣੇ ਵੀ ਦੇ ਦਿਆ ਕਰਦੇ ਗੇਹੂੰ ਵੀ ਦੇ ਦਿਆ ਕਰਦੇ ਬਾਜਰਾ ਵੀ ਦੇ ਦਿਆ ਕਰਦੇ ਉਹਨਾਂ ਜ਼ਿੰਮੇਵਾਰੀ ਆ ਕਰਦੀ ਬਸ ਨੇਜੂ ਡੋਲ ਗਈ ਨਹੀਂ ਕਿ ਸੰਭਾਲ ਰੱਖਣਗੇ ਤੋ ਅੱਜ ਵੀ ਦੇਵਾਂ ਅੱਜ ਵੀ ਹਮ ਪੀਪੇ ਭਰਾ ਛਟਾ ਵੀ ਨਮ ਥੋੜੀ ਅੱਜ ਪਾਣੀ ਵੀ ਘੱਲ ਲਵਾਂ ਡੋਲ ਵੀ ਪਕੜੇ ਹੈ ਪਾਣੀ ਵੀ ਲੰਮਾ ਤਦ ਕਰਵਾਵਾਂ ਹਾਂ ਸਾਰਾ ਕੰਮ ਮਦਦ ਕਰਾਂ ਕਹੇ ਇੱਕ ਫੁੱਟ ਪਲਾ ਗਿਆ ਕਿਉਂਕਿ ਯਾਰ ਰੱਸੀ ਜੋ ਨੇ ਜੁਗਾਲੇ ਬਹੁਤ ਦੂਰ ਤੱਕ ਜਾ 80 ਫੁੱਟ ਪਰ ਜਾ ਰਿਹਾ ਵੀ ਚੋਆ ਹਾਂ 80 ਫੁੱਟ ਪਰ ਚੋਆ ਜਾ ਰਿਹਾ 15 16 ਫੁੱਟ ਪਰ ਚੋਆ ਲਿਆ ਥਾ ਇਹ 1981 ਮੈਂ ਇਹ ਕੂਆ ਚੱਲਦਾ ਮਿਲ ਗਿਆ ਥਾ ਅੱਛਾ ਕੂਆ ਪੁਰਾਣਾ ਹੈ ਹਰ ਨਾ 1981 ਮੈਂ ਕੁਝ 80 ਮੈਂ ਟੋਆ ਲੱਗ ਗਿਆ 81 ਮੈਂ ਚੱਲਦਾ ਹੋ ਗਿਆ ਤਾਂ ਕੂਆ ਜੋ ਚੜ੍ਹਦੇ ਚੋਏ ਤੇ ਜੋ 90 ਫੁੱਟ ਪਰ ਚੋਆ ਆਦਾ ਇਹ 94 ਫੁੱਟ ਕਾ ਕੂਆ ਹੈ 4 ਫੁੱਟ ਚੋਆ ਮੈਂ ਤੈਰਿਆ ਥਾ ਉਸ ਟਾਈਮ ਵੀ ਕੋਠੀ ਬਿਠਾਈ ਸੀ ਇਸਕੀ ਫਿਰ ਇਹ ਚੋਆ ਚੜ੍ਹਦਾ ਰਿਹਾ ਚੋਆ ਘਟਣ ਲੱਗ ਗਿਆ ਫਿਰ ਇਹ ਵਿੱਚ ਕੋ ਸੁਈ ਗਿਆ ਫਿਰ ਮਾਰੇ ਬਲਕਾਂ ਨੇ ਟਰੈਕਟਰ ਲਗਾ ਕੇ ਇਹ ਖੋਜ ਗਿਆ ਹਮਨੇ ਬੋਰਡ ਗਈ 95 ਫੁੱਟ ਪਰ ਫੇਰ ਕਰ ਦਿਆ ਹਾਂ ਫਿਰ ਤਿਆਰ ਕਰ ਦਿਆ ਪਾਣੀ ਇਸਕਾ ਬੜੀਆ ਪਾਣੀ ਚੱਲ ਰਿਹਾ ਯਾਰ ਬੜੀ ਇੱਜ਼ਤ ਕਰਿਆ ਹਮ ਕੂਏ ਕੀ ਬਿਲਕੁਲ ਆ ਤੋ ਦੇਖਣ ਲੱਗ ਰਹੇ ਬਤਾਉਣ ਦੀ ਜ਼ਰੂਰਤ ਵੀ ਕੋਈ ਹੋਰ ਦਿਖਾ ਦੇ ਅਮੀਤ ਇੱਕ ਵਾਰ ਨੂੰ ਸਾਰੇ ਕੂਏ ਜਿਤਨੇ ਖੜੇ ਆ ਭਾਈ ਨੂੰ ਘਰ ਨਹੀਂ ਮੂੰਹ ਤਾਂ ਬੋਲਣ ਲੱਗ ਰਿਹਾ ਇਤਨਾ ਵੱਡਿਆ ਰੰਗ ਰੋਗਨ ਕਰਕੇ ਔਰ ਪੁਰਾਣੀ ਚੀਜ਼ਾਂ ਦੀ ਰੀਸ ਕੋ ਨਹੀਂ ਆਗਰਦੀ ਕਿਸੇ ਨੇ ਕਿਹਾ ਬਲਿਆ ਨਾ 9 ਦਿਨ ਪੁਰਾਣਾ 100 ਦਿਨ ਆਪਣਾ ਜਮਾ ਚ 90 ਸਾਲ ਦਾ ਬੁੱਢਾ ਉਹ ਕਿਤਨਾ ਕਿਸਾ ਉਹ ਜੇ ਸੁਤਰਾ ਧੋਇਆ ਧੋਤੀ ਕੁਰਤਾ ਖਿੰਡਕਾ ਉਸਕਾ ਬਹਿੰਦੇ ਨਹੀਂ ਪ੍ਰਧਾਨ ਮੰਤਰੀ ਤਾਂ ਕਮਰੂ ਤਬਾ ਨਹੀਂ ਹੁੰਦਾ ਉਸਕਾ ਸਹੀ ਬਾਤ ਹੈ ਤਾਂ ਉਹ ਗਲਤ ਹੈ ਠੀਕ ਬਾਤ ਸਭ ਮੰਨਣਾ ਯਾਨੀ ਪੁਰਾਣੀ ਚੀਜ਼ ਹੈ ਜਿਤਨੀ ਆਪਾਂ ਸੰਭਾਲ ਕੇ ਰੱਖਾਂਗੇ